ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਔਰ ਕੀ ਆ ਇਹ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਮਿੱਟੀ ਇੰਨੀ ਕਪਜਾਊ ਹੈ ਇੱਥੇ ਲੂਨ ਨੂੰ ਛੱਡ ਕੇ ਹਰ ਇੱਕ ਚੀਜ਼ ਉਕਾਈ ਜਾ ਸਕਦੀ ਹੈ ਪਰ ਉਹ ਵੱਖਰੀ ਗੱਲ ਹੈ ਕਿ ਮਾਝਾ ਮਾਲਵਾ ਤੇ ਦੁਆਬਾ ਹਰ ਇੱਕ ਖੇਤਰ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਫਸਲਾਂ ਹੁੰਦੀਆਂ ਨੇ ਗੱਲ ਦੁਆਬੇ ਦੀ ਕੀਤੀ ਜਾਵੇ ਤਾਂ ਦੁਆਬੇ ਦੇ ਵਿੱਚ ਗੰਨੇ ਦੀ ਜਿਹੜੀ ਫਸਲ ਹੈ ਉਹ ਵੱਧ ਆ ਬੀਜੀ ਜਾਂਦੀ ਹੈ ਵੱਧ ਇੱਥੇ ਗੰਨਾ ਕਿਸਾਨਾਂ ਦੇ ਵੱਲੋਂ ਲਗਾਇਆ ਜਾਂਦਾ ਹੈ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਲਗਾਤਾਰ ਗੰਨੇ ਦੀ ਕੀਮਤ ਨੂੰ ਜਿਹੜਾ ਹੈ ਕੀਮਤ ਦਾ ਤੈਅ ਮੁੱਲ ਜਿਹੜਾ ਹੈ ਉਹ ਘੱਟੋ ਘੱਟ 400 ਰੁਪਏ ਕਰਨ ਦੀ ਮੰਗ ਦੇ ਉੱਪਰ 32 ਕਿਸਾਨ ਜਥੇਬੰਦੀਆਂ ਆੜੀਆਂ ਹੋਈਆਂ ਨੇ ਨਾਲ ਦੀ ਨਾਲ ਜਿਹੜੀ ਰਾਸ਼ੀ ਹੈ ਰਾਸ਼ੀ ਸਮੇਂ ਸਿਰ ਜਿਹੜੀ ਆ ਰਿਲੀਜ਼ ਨਹੀਂ ਕੀਤੀ ਜਾਂਦੀ ਉਹ ਕੁਝ ਕੁ ਮੰਗਾ ਲੈ ਕੇ ਜਿਹੜਾ ਹੈ ਧਰਨਾ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਔਰ ਰੋਡ ਨੂੰ ਜਾਮ ਕੀਤਾ ਹੋਇਆ ਤੁਹਾਨੂੰ ਅੱਜ ਡਿਟੇਲ ਦੇ ਵਿੱਚ ਸਮਝਾਵਾਂਗੇ ਕਿ ਜਿਹੜੇ ਕਿਸਾਨ ਨੇ ਕਿਸਾਨ ਦੀ ਬਚਤ ਕੀ ਹੈ ਕਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਦੀ ਫਸਲ ਜਿਹੜੀ ਹੈ ਫਸਲਦਾਨ ਨੂੰ ਟੁਕਮਾ ਜਿਹੜਾ ਹੈ ਉਹਨਾਂ ਨੂੰ ਮੁੱਲ ਨਹੀਂ ਮਿਲਦਾ ਜਾਂ ਕਿਉਂ ਕਿਸਾਨ ਅੱਜ ਘਟ ਦੇ ਵਿੱਚ ਜਾ ਰਹੇ ਨੇ ਜ਼ਮੀਨੀ ਪੱਧਰ ਤੋਂ ਜ਼ਮੀਨੀ ਹਕੀਕਤ ਜਾਣਨ ਦੇ ਲਈ ਅਸੀਂ ਇਸ ਵੇਲੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕਮਾਦ ਕਮਾਦ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਤਾਂ ਬਹੁਤ ਪੰਜਾਬੀ ਗੀਤਾਂ ਦੇ ਵਿੱਚ ਕਮਾਦ ਦਾ ਤੁਸੀਂ ਨਾਮ ਸੁਣਿਆ ਹੋਣਾ ਹੈ ਗੰਨੇ ਦੇ ਖੇਤਾਂ ਨੂੰ ਕਮਾਦ ਕਿਹਾ ਜਾਂਦਾ ਹੈ ਉਸੇ ਗੰਨੇ ਦੇ ਖੇਤਾਂ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿਸਾਨ ਵੀਰ ਸਾਡੇ ਨਾਲ ਮੌਜੂਦ ਰਹਿਣਗੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਕੇ ਡੰਗਵਾਈ ਤੋਂ ਦੇਖਾਂਗੇ ਕਿ ਆਖਰਕਾਰ ਕਿਉਂ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਨੂੰ ਜੋ ਜੋ ਉਹਨਾਂ ਦੀ ਕੀਮਤ ਹੈ ਨਹੀਂ ਮਿਲਦੀ ਔਰ ਡਿਟੇਲ ਦੇ ਵਿੱਚ ਜਾਣਕਾਰੀ ਕਰਾਂ ਲਵਾਂਗੇ ਮੇਰੇ ਨਾਲ ਇਸ ਵੇਲੇ ਆ ਕਿਸਾਨ ਵੀਰ ਗੁਰਪ੍ਰੀਤ ਸਿੰਘ ạtਵਾਲ ਮੌਜੂਦ ਨੇ ạtਵਾਲ ਜੀ ਸਵਾਗਤ ਹੈ ਸასი ਕਰ ਬਹੁਤ ਬਹੁਤ ਧੰਨਵਾਦ ਟਾਡਾ ਦੈਨਿਕ ਸਵੇਰਾ ਦੀ ਟੀਮ ਦਾ ਕਿ ਜਿਹੜੀ ਅੱਜ ਖੇਤ ਦੇ ਵਿੱਚ ਪਹੁੰਚੀ ਆ ਕਿਉਂਕਿ ਆਪਾਂ ਖੇਤ ਦੇ ਵਿੱਚੋਂ ਹੀ ਸ਼ੁਰੂ ਹੁੰਦਾ ਹਰੇਕ ਕੰਮ ਅੱਜ ਕਿਸਾਨ ਦਿੱਲੀ ਦੀਆਂ ਬਹਿਰੂਆਂ ਤੇ ਬੈਠਾ ਆ ਪੰਜਾਬ ਦੇ ਵਿੱਚ ਵੀ ਸਾਨੂੰ ਮਜਬੂਰੀ ਵਸਤਾਂ ਲੈਣਾ ਪਿਆ ਅੱਜ ਜਿਹੜੀ ਸਰਕਾਰ ਆ ਦੇਖੋ 310 ਰੁਪਏ ਦਾ ਸਾਨੂੰ ਜਿੱਦਾਂ ਰੇਟ ਮਿਲਦਾ ਸੀਗਾ ਤੇ ਅੱਜ ਜਿਹੜੀ ਸਰਕਾਰ ਆ ਖੁਦ ਕਹਿ ਰਹੀ ਆ ਕਿ ਟਾਡੀ 350 ਰੁਪਇਆ ਜਿਹੜੀ ਲਗਤ ਆ ਉਹ ਆ ਰਹੀ ਆ ਤਾਂ ਅਸੀਂ 310 40 ਰੁਪਏ ਘਾਟਾ ਪਾ ਕੇ ਰਹਿ ਰਹੇ ਹਾਂ ਬਿਲਕੁਲ ਇਹ ਉਹ ਪੰਜਾਬ ਦਾ ਕਿਸਾਨ ਆ ਕਿੱਡਾ ਵੱਡਾ ਇਹਦਾ ਦੇ ਲਿਆ ਘਾਟਾ ਵੀ ਖਾਂਦਾ ਆ ਫੇ ਵੀ ਫਸਲ ਅਗਾਉਂਦਾ ਆ ਤੇ ਹਰੇਕ ਜੋ ਆਦਮੀ ਆ ਜੋ ਸਾਡਾ ਇੱਥੇ ਹੈਗਾ ਉਹਦਾ ਢਿੱਡ ਭਰਦਾ ਆ ਅਟਵਾਲ ਜੀ ਆਪਾਂ ਬਿਲਕੁਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਕਿੰਨੇ ਕੁ ਏਕੜ ਤੁਸੀਂ ਜਿਹੜਾ ਕਮਾਦ ਹੈ ਗੰਨਾ ਬੀਜਿਆ ਹੋਇਆ ਹੈ ਜਿਹੜਾ ਸਾਡਾ ਆ ਮੇਰਾ 10 ਏਕੜ ਦੇ ਕਰੀਬ ਹੂੰ ਜਿਹੜਾ ਗੰਨੇ ਦੀ ਫਸਲ ਆ ਪਹਿਲੋਂ ਅਸੀਂ ਕਾਫੀ ਗੰਨਾ ਲਾਉਂਦੇ ਹੁੰਦੇ ਸੀ ਪਰ ਸਰਕਾਰਾਂ ਨੇ ਜਿੱਦਾਂ ਗੰਨੇ ਦਾ ਜਿਹੜਾ ਰੇਟ ਆ ਇਹ ਬਹੁਤ ਘੱਟ ਸੀ ਉਸ ਤੋਂ ਬਾਅਦ ਜਿਵੇਂ ਕਿ ਪੈਸਾ ਆ ਇੱਕ ਤਾਂ ਇਹ ਫਸਲ ਇੱਕ ਸਾਲ ਦੇ ਲਗਭਗ ਦੀ ਹੁੰਦੀ ਆ ਹੂੰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸਾਲ ਅਸੀਂ ਫਸਲ ਅਗਾਉਨੇ ਆ ਉਸ ਤੋਂ ਬਾਅਦ ਇੱਕ ਸਾਲ ਸਾਨੂੰ ਪੈਸਾ ਨਹੀਂ ਮਿਲਦਾ ਪਰ ਜਿਹੜੀ ਅਸੀਂ ਬਜਾਈ ਕਰਦੇ ਆ ਉੱਥੇ ਸਾਡਾ ਖਰਚਾ ਆਉਂਦਾ ਆ ਜਾਂ ਜਿਹੜੀ ਲੇਬਰ ਆਉਂਦੀ ਆ ਉਹ ਸਾਨੂੰ ਸਮੇਂ-ਸਮੇਂ ਦੇ ਨਾਲ ਦੇਣੀ ਪੈਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਘਾਟਾ ਪੈਂਦਾ ਸੀਗਾ ਤੇ ਫੇਰ ਅਸੀਂ ਜਿੱਦਾਂ 25-30 ਖੇਤ ਤੋਂ ਦਸਾਂ ਖੇਤਾਂ ਤੇ ਆ ਗਏ ਹੁਣ ਕਦੋਂ ਇਹਦੀ ਬਜਾਈ ਕਦੋਂ ਹੁੰਦੀ ਆ ਤੇ ਕਦੋਂ ਜਿਹੜਾ ਇਹਨੂੰ ਮਤਲਬ ਕੱਟ ਕੇ ਜਿਹੜਾ ਮਿਲਾਂ ਦੇ ਵੱਲ ਭੇਜਿਆ ਜਾਂਦਾ ਬਜਾਈ ਇਹਦੀ ਆ ਲਗਭਗ ਜਿਹੜਾ ਜ਼ਿਆਦਾ ਵਧੀਆ ਸਮਾਂ ਆ ਉਹ ਫਰਵਰੀ ਦੇ ਕਿਵੇਂ ਕੀ ਜਿਹੜਾ ਨਵਾਂ ਬੀਜਾ ਜਾਂਦਾ ਇਹਨੇ ਨਾ ਮੈਂ ਤੁਹਾਨੂੰ ਡਿਟੇਲ ਨਾਲ ਦੱਸਦਾ ਵੀ ਇਹ ਕਿੱਦਾਂ-ਕਿੱਦਾਂ ਸਿਸਟਮ ਹੁੰਦਾ ਇੱਕ ਤਾਂ ਹੁੰਦਾ ਆ अर्ਲੀ ਬਲੈਡ ਵੈਰਾਈਟੀ ਜਿਹਨੂੰ ਆਪਾਂ ਕਹਿ ਦਿੰਨੇ ਆ ਫੇਰ ਇੱਕ ਮਿਡ ਹੁੰਦੀ ਆ ਇੱਕ ਹੁੰਦਾ ਮੋਢਾ ਦੇ ਇੱਕ ਬੀਜ ਮੋਢੇ ਬੀਜ ਵਿੱਚ ਮੈਂ ਡਿਫਰੈਂਸ ਦੱਸਦਾ ਵੀ ਜਦੋਂ ਨਾ ਇੱਕ ਬੀਜਮਾ ਹੁੰਦਾ ਕਿ ਜਦੋਂ ਆਪਣੇ ਆ ਖੇਤ ਪਏ ਆ ਹੁਣ ਇਹਦੇ ਵਿੱਚ ਆਪਾਂ ਗੰਨਾ ਬੀਜਣਾ ਆ ਪਹਿਲੇ ਸਾਲ ਦੀ ਫਸਲ ਉਹਨੂੰ ਆਪਾਂ ਬੀਜਮਾ ਕਹਿੰਦੇ ਆ ਜਿਹੜਾ ਮੋਢਾ ਹੁੰਦਾ ਆ ਮੋਢਾ ਹਿੰਦਾ ਕਿ ਜਦੋਂ ਆਪਾਂ ਫਸਲ ਨੂੰ ਵੱਢ ਲੈਂਦੇ ਆ ਫਸਲ ਵੱਢਣ ਤੋਂ ਬਾਅਦ ਉਹਦੋਂ ਜਿਹੜਾ ਦੁਬਾਰਾ ਬੀ ਪਰ ਉਹਦਾ ਜਿਹੜਾ ਝਾੜ ਆ ਜਿੱਦਾਂ ਸਨ ਆਪਣੇ ਹੁੰਦਾ ਆ ਬੀਜਮਾਂ ਨੂੰ ਕਹਿੰਦੇ ਜਿਹੜਾ ਝਾੜ ਆ ਉਹਦੇ ਨਾਲੋਂ 60 70 ਕੁਇੰਟਲ ਦਾ ਫਰਕ ਪੈ ਜਾਂਦਾ ਆ ਜੀ ਤੇ ਇਸ ਕਰਕੇ ਕਿ ਜਦੋਂ ਆਪਾਂ ਹੁਣ ਲਾ ਲੋ ਕਿ ਤੁਸੀਂ ਬੀਜਮਾਂ ਦਾ ਮੋਢਾ ਜੇ ਫਰਵਰੀ ਮਹੀਨੇ ਦੇ ਵਿੱਚ ਆਪਾਂ ਇਹਨੂੰ ਬੀਜਦੇ ਆ ਫਸਲ ਨੂੰ ਤਾਂ ਇਹ ਦੋ ਸਾਲ ਦਾ ਵਾਹ ਜਾ ਕੇ ਫਰਵਰੀ ਲਾਸਟ ਜਨਵਰੀ ਜਾਂ ਮਾਰਚ ਦੇ ਵਿੱਚ ਵੀ ਵੱਢੀ ਜਾਂਦੀ ਆ ਕਿਉਂਕਿ ਪੰਜਾਬ ਦੇ ਵਿੱਚ 238 ਵੈਰਾਈਟੀ ਆ ਇਹ ਜਿਹੜੀ ਵੈਰੈਟੀ ਆ ਲਗਭਗ 85% ਦੇ ਕਰੀਬੀ ਜੀ ਜਾਂਦੀ ਆ ਤੇ ਆਲ ਇੰਡੀਆ ਜਿਹੜਾ ਹੈਗਾ ਆ ਆਲ ਇੰਡੀਆ ਦੇ ਵਿੱਚ ਇਹ ਵੈਰੈਟੀ ਹੈਗੀ अर्ਲੀ अर्ਲੀ ਦਾ ਮਤਲਬ ਕਿ ਜਦੋਂ ਆਪਾਂ ਹੁਣ ਤੁਸੀਂ ਲਾ ਲੋ ਕਿ 310 ਰੁਪਏ ਰੀਡ ਕਹਿੰਦੇ ਆ ਨਾ ਇਹ अर्ਲੀ ਵੈਰੈਟੀਆਂ ਦਾ ਆ ਫਿਰ ਉਸ ਤੋਂ ਬਾਅਦ ਮਿਡ ਆ ਜਾਂਦੀ ਆ ਮਿਡ ਦਾ ਇਹਦੇ ਨਾਲੋਂ ਘਟਾ ਆ ਗਿਆ ਤੇ 5 ਰੁਪਏ ਘਟਾ ਆ ਗਿਆ ਫਿਰ ਉਸ ਤੋਂ ਬਾਅਦ ਲਾਸਟ ਆ ਜਾਂਦੀ ਆ ਉਹਦਾ 5 ਰੁਪਏ ਘਟਾ ਇਹਦੇ ਤੋਂ 300 ਰੁਪਏ ਹੁੰਦਾ ਆਲ ਇੰਡੀਆ ਦੇ ਵਿੱਚ ਇਹ ਵੈਰੈਟੀ ਨੂੰ अर्ਲੀ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਮਿਲਾਂ ਆ ਉਹ ਵੀ ਇਨਵਰਲੀ ਚ ਲੈ ਲੈਂਦੀਆਂ ਪਰ ਸਰਕਾਰੀ ਮਿਲਾਂ ਜਿਹੜੀਆਂ ਆ ਉਹ ਇਹਨੂੰ ਮਿੱਡ ਦੇ ਵਿੱਚ ਲੈ ਰਹੀਆਂ ਅੱਛਾ ਪਰ ਲੰਬੀ ਫਸਲ ਹੈ 1 ਸਾਲ ਪੂਰਾ ਲੱਗ ਜਾਂਦਾ ਹੈ ਹੁਣ ਅੱਜ ਜਦੋਂ ਕਿਸਾਨ ਤੁਹਾਡੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗਾ ਕਈਆਂ ਜਾ ਰਹੇ ਨੇ ਕਿ ਘੱਟ ਤੋਂ ਘੱਟ 400 ਰੁਪਏ ਪ੍ਰਤੀ ਕਿਵੰਟਰ ਰੱਖਿਆ ਜਾਵੇ ਇਸ ਦਾ ਮੁੱਲ ਤੇ ਕਿੰਨੀ ਲਾਗਤ ਕਿੰਨੀ ਆਉਂਦੀ ਹੈ ਤੇ ਕਿੰਨੇ ਵੱਟੇ ਕਿੰਨੇ ਕ ਜਾਂਦੇ ਪੈਸੇ ਦੇਖੋ ਭੱਟ ਤਾਂ ਨਹੀਂ ਹੁੰਦੇ ਇਹਦੇ ਵਿੱਚ ਕੁਝ ਵੀ ਅਮਨ ਭਾਈ ਗੱਲ ਇਦਾਂ ਕਿ ਘਾਟਾ ਪੈ ਰਿਹਾ ਘਾਟਾ ਇਸ ਕਰਕੇ ਦੇਖੋ ਸਰਕਾਰ ਕਦੀ ਵੀ ਇਹ ਨਹੀਂ ਕਹਿੰਦੀ ਹੁੰਦੀ ਕਿ ਸਾਡਾ ਇਹ ਆ ਚੀਜ਼ ਇੰਨੇ ਲੱਗਦੇ ਇੰਨੇ ਲੈ ਉਹਨਾਂ ਨੇ ਆਪਣੇ ਮੂੰਹ ਤੁਸੀਂ ਵੀ ਹੁੰਦੇ ਸੀ ਇੰਟਰਵਿਊ ਲੈਈਆਂ 350 ਰੁਪਏ ਕਹਿਣ ਲੱਪੇ ਤੇ 350 ਰੁਪਏ ਸਾਡੀ ਲਾਗਤ ਸਰਕਾਰ ਮੰਨਦੀ ਆ ਪਰ ਅਸੀਂ ਨਹੀਂ ਮੰਨਦੇ ਉਸ ਨੂੰ ਅਸੀਂ 388 ਰੁਪਏ ਕਹਿ ਰਹੇ ਹਾਂ ਲਾਗਤ ਜੇ ਸਰਕਾਰ ਨੂੰ ਇੱਕ ਗੱਲ ਦੇਖੋ ਪੁੱਛੋ ਕੋਈ ਜਣਾ ਵੀ ਤੁਸੀਂ 350 ਕਹਿੰਨੇ ਆ ਵੀ ਸਾਡੀ ਲਾਗਤ ਹੋ ਗਈ 310 ਕਿਉਂ ਸਾਨੂੰ ਇਨੀ ਚਿਰ ਤੋਂ ਦੇ ਹੀ ਰਹੇ 2017 ਤੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਆ ਤੇ 310 ਹੀ ਆਲਰੇਡੀ ਆ ਰਿਹਾ ਆ ਹਰਿਆਣੇ ਦੇ ਵਿੱਚ ਉਸ ਸਮੇਂ ਸੀਗਾ 320 ਰੁਪਏ ਹੂੰ ਜੇ ਆਪਾਂ ਲਈਏ ਵੀ ਇਹਦਾ ਆਸਟਨ ਲਾ ਲਈਏ ਕਿ ਸਾਨੂੰ ਪਹਿਲੇ ਸੀਜ਼ਨ ਜਿਹੜਾ ਸੀਗਾ 2017 ਦਾ ਹਨਾ ਜੇ ਦੱਸ ਰਹੀ ਡਿਫਰੈਂਸ ਕਰਕੇ ਮੈਂ ਦੱਸਣਾ ਇੱਕ ਲੱਖ ਹਕਟੇਅਰ ਦੇ ਕਰੀਬ-ਕਰੀਬ ਜਿਹੜਾ ਗੰਨਾ ਪੰਜਾਬ 'ਚ ਬੀਜਿਆ ਜਾਂਦਾ 1 ਲੱਖ ਹਕਟੇਅਰ ਦਾ ਮਤਲਬ 2.5 ਲੱਖ ਏਕੜ ਉਹਦੇ ਤੇ ਜੇ ਉਹਦੇ ਨਾਲੋਂ ਅਸੀਂ ਆਪਣਾ ਡਿਫਰੈਂਸ ਦੇਖੀਏ ਸਾਰਾ ਕੁਝ ਕਰਕੇ ਤਾਂ ਸਾਨੂੰ 100 ਕਰੋੜ ਦਾ ਘਾਟਾ ਉਸ ਸਮੇਂ ਦੇ ਪੈ ਗਿਆ ਹੂੰ ਉਤੋਂ ਦਾ ਆਪਣੇ 18 ਵਾ 19 ਵਾ ਆ ਗਿਆ ਸੀਜ਼ਨ ਉੱਚੀ ਉਹਨੇ 10 ਰੁਪਏ ਹੋਰ ਵਧਾ ਦਿੱਤੇ ਉਹ ਹਰੇਕ ਸਾਲ 10 10 10 ਕਰਕੇ ਇਸ ਟਾਈਮ ਉਹ 350 ਰੁਪਏ ਹੋ ਗਿਆ ਉਹਦੇ ਵਿੱਚ ਸਾਨੂੰ 200 ਕਰੋੜ ਦਾ ਘਾਟਾ ਹੋ ਗਿਆ ਉਹਨੇ ਫੇਰ 10 ਵਧਾ ਦਿੱਤੇ 300 ਦਾ ਹੋ ਗਿਆ ਫੇਰ 10 ਵਧਾ ਦਿੱਤੇ 400 ਦਾ ਹੋ ਗਿਆ ਤੇ ਉਹ ਇਸ ਕਰਕੇ ਤੁਸੀਂ ਲਾ ਲਓ ਕਿ ਸਾਨੂੰ 1100 ਦਾ ਘਾਟਾ ਜਿਹੜਾ ਆ ਉਹ ਹਰਿਆਣੇ ਨਾਲੋਂ ਇਹਨਾਂ ਨੇ ਪਾ ਦਿੱਤਾ ਆ ਤੇ ਆਮਦਨ ਸਾਨੂੰ ਘਟ ਗਈ 40 ਰੁਪਏ ਦਾ ਘਾਟਾ ਤਾਂ ਸਾਨੂੰ ਹਰਿਆਣੇ ਨਾਲੋਂ ਹੋਣ ਕਰਕੇ ਜਦੋਂ ਲਾ ਲਓ 1000 ਕਰੋੜ ਦਾ ਘਾਟਾ ਪੈ ਗਿਆ ਇਹ ਆਪਣੇ ਮੂੰਹੋਂ ਕਹਿ ਰਹੇ ਆ ਕਿ ਵੀ 350 ਰੁਪਏ ਢੜੀ ਲਾਗਤ ਆ ਰਹੀ ਆ ਨਹੀਂ ਸਾਨੂੰ ਦਿੱਤੀ ਗਈ ਉਹ ਪੂਰੇ ਪੈਸੇ ਜਿਹੜੇ ਹੁਣੇ ਸੀ ਸਾਡੇ ਉਹ ਤੋਂ ਹੁਣ 300 ਰੁਪਏ ਦਾਸ ਤਾਂ ਪਰ ਰੇਟ ਕਹਦੇ ਨੇ ਵੀ 310 ਰੁਪਏ ਰੇਟ ਆ ਪਰ ਇਸ ਸਾਲ ਇੱਕ ਫਸਲ ਸਾਲ ਦੇ ਵਿੱਚ ਤੁਸੀਂ ਸਾਡੀ ਦਿਹਾੜੀ ਤਾਂ ਕੋਈ ਵੀ ਨਹੀਂ ਪਾਉਂਦਾ ਅਸੀਂ ਆਪਣੀ ਮਿਹਨਤ ਜਿਹੜੀ ਕਰਦੇ ਆ ਉਹ ਤਾਂ ਅਸੀਂ ਕੋਈ ਵੀ ਨਹੀਂ ਪਾਉਂਦਾ 400 ਰੁਪਏ ਦਿਹਾੜੀ ਚੱਲਦੀ ਆ ਹਨਾ ਤੁਸੀਂ ਲਾ ਲਓ ਆਪਣੇ 12000 ਰੁਪਏ ਦਾ ਸਾਡਾ ਉਹ ਹੀ ਮਹੀਨੇ ਦਾ ਹੋ ਗਿਆ ਤੇ 1 ਲੱਖ 1.5 ਲੱਖ ਤੋਂ ਅਸੀਂ ਉਹ ਪਹੁੰਚ ਗਏ ਉਹ ਨਹੀਂ ਪਾਉਂਦੇ 310 ਰੁਪਏ ਦੇ ਵਿੱਚੋਂ 50 ਰੁਪਏ ਜਿਹੜੇ ਹੈਗੇ ਹਨ ਉਹ ਤਾਂ ਲੈ ਗਏ ਜੀ ਆਪਣੀ ਜਿਹੜੀ ਲੇਬਰ ਹੈ ਇਹਦੀ ਸ਼ਲਾਈ ਕਰਦੀ ਸ਼ਲਾਈ ਕਰਨੀ ਇਸ ਦੀ ਬਜਾਈ ਕਰਨੀ ਜਿੱਦਾਂ ਹੁਣ ਗੰਨਾ ਤੁਸੀਂ ਦੇਖਦੇ ਹੋ ਨਾ ਆ ਜਿੱਦਾਂ ਹੁਣ ਉਹ ਬੰਨਿਆ ਆ ਉਹ ਦੇਖੋ ਪੱਤੇ ਉਹਦੇ ਹਨਾ ਉਹ ਵੱਜਿਓ ਆ ਦੋ ਵਾਰੀ ਦੇਖੋ ਇੱਕ ਵਾਰੀ ਉਹ ਥੱਲੇ ਥੱਲੇ ਜਿਹੜਾ ਪੱਤੇ ਤੁਹਾਨੂੰ ਥੋੜੇ ਸੁੱਕੇ ਦੀਦੇ ਆ ਠੀਕ ਆ ਜੀ ਇੱਕ ਉਹਦੇ ਉੱਪਰ ਹਰਾ ਹਰਾ ਆ ਜਿਹੜਾ ਸੁੱਕੇ ਆ ਉਹ ਅੱਜ ਤੋਂ ਡੇਢ ਕ ਮਹੀਨਾ ਪਹਿਲਾਂ ਦੀ ਜਿੱਦਾਂ 2 ਮਹੀਨੇ ਪਹਿਲਾਂ ਦੇ ਜਿਹੜੇ ਹਨ ਉਹ ਡੇਢ ਮਹੀਨਾ ਉਹ ਬੰਨ ਹੋਏ ਹੋ ਜਿਹੜੇ ਹਰੇ ਆ ਇਹ ਹਲੇ 5-7 ਦਿਨ ਹੋਏ ਇਹਨਾਂ ਨੂੰ ਬੰਨਿਆ ਨੂੰ ਅੱਛਾ ਤਿੰਨ ਆਪਣੇ 3500 ਰੁਪਈਆ ਕਿੱਲੇ ਦਾ ਇੱਕ ਦਿਨ ਬਣਾਈ ਆ ਬਣਾਈ 7000 ਹੋ ਗਿਆ ਦੋ ਵਾਰੀ ਬਣਾਈ ਕਰਨ ਦਾ ਤੇ ਜੇ ਨਾ ਬੰਨਾਂਗੇ ਤੇ ਡਿਗ ਇਹ ਡਿਗ ਪਾਣਾ ਇਹ ਤਾਂ ਸਾਰਾ ਖਿੱਲਰ ਦਾਣਾ ਕਿਉਂਕਿ ਹੁਣ ਹਵਾਏ ਦੇ ਵਿੱਚ ਜੀ ਕ੍ਰੋਸ ਹੋ ਜਾਣੀ ਕਿਉਂਕਿ ਗੰਨੇ ਦੀ 7000 ਰੁਪਏ ਇਹ ਹੋ ਗਿਆ 50 ਰੁਪਏ ਦੇ ਹਿਸਾਬ ਨਾਲ ਜੇ 3000 ਕੁਇੰਟਲ ਸਾਡਾ ਨਿਕਲਦਾ ਆ ਤੁਸੀਂ ਆਪਾਂ ਔਸਤ ਲਾਉਨੇ ਆ ਕਈਆਂ 'ਚ 400 ਵੀ ਨਿਕਲਦਾ ਆ ਕਈਆਂ ਦੇ ਵਿੱਚੋਂ ਇਹ ਤੁਸੀਂ ਲਾ ਲਓ ਕਿ ਆਪਾਂ ਨਾਲ ਉਹ 200 ਤੇ ਵੀ 250 ਵੀ ਆਉਂਦਾ 270 75 ਪਰ ਅਸੀਂ ਸਾਰੇ ਇਕੜਾਂ ਦੀ ਇੱਕ ਔਸਤ ਮਿਲਾ ਲੈਂਦੇ ਆ ਔਸਤ ਜਿਹੜੀ ਇਹਨੂੰ 300 ਹੋ ਗਏ ਜੇ 300 ਦੇ ਲਾ ਲਓ ਤੁਸੀਂ ਵੀ 90000 93000 ਦਾ ਜਿਹੜਾ ਆਪਣੇ 95 ਗੰਨਾ ਨਿਕਲਦਾ ਆ ਉਹਦੇ ਵਿੱਚੋਂ 50 ਰੁਪਏ ਲਾ ਲਓ ਉਹਨਾਂ ਦੇ 15 ਚੱਲ ਗਏ ਜੀ 15000 ਰੁਪਈਆ ਚਲ ਗਿਆ ਜੇ 50 ਰੁਪਈਆ 300 ਹਿਸਾਬ ਨਾਲ ਲਾਉਣੇ ਆ 40 42000 ਰੁਪਈਆ ਜਿਹੜਾ ਸਾਡਾ ਆ ਉਹ ਤੁਸੀਂ ਲਾ ਲਓ ਠੇਕਾ ਹੋ ਗਿਆ ਹੂੰ 55000 ਚਲ ਗਿਆ ਜੀ 55000 ਰੁਪਈਆ ਇਹ ਚਲ ਗਿਆ ਹਾਲੇ ਬਜਾਈ ਹੂੰ 25000 ਰੁਪਈਆ ਅਸੀਂ ਲਾ ਲਓ ਕਿ ਇੱਕ ਬਜਾਈ ਉਹਨਾਂ ਦੀ ਕਰਕੇ ਸਾਰਾ ਕੁਝ ਛਲਾਈ ਵੀ ਵਿੱਚ ਪਾ ਲਓ 25000 ਤੇ 42000 ਆਪਣੇ ਹੋ ਗਿਆ 75000 ਦੇ ਆਪਣੇ 65000 ਹੋ ਗਿਆ 65000 ਸਾਡਾ ਇਹ ਨਿਕਲ ਗਿਆ ਲੱਖ ਦੇ ਵਿੱਚੋਂ ਅਸੀਂ ਤੇਲ ਹਲੇ ਨਹੀਂ ਪਾਇਆ ਖਾਦਾਂ ਹਲੇ ਵਿੱਚ ਪਾਉਣੀਆਂ ਦਵਾਈਆਂ ਹਲੇ ਪਾਉਣੀਆਂ ਜੇ ਕੱਚੀ ਰੂੜੀ ਜਿਹੜੀ ਆਪਾਂ ਆ ਉਹ ਉਹ 7-8 ਟਰਾਲੀਆਂ ਅਸੀਂ ਖੇਦੀਆਂ ਪਾਉਣੇ ਕਨਾਲ ਦੀ ਇੱਕ ਟਰਾਲੀ ਉਹ 1500 ਦੀ ਸੰ ਟਰਾਲੀ ਮਿਲਦੀ ਆ 500 ਰੁਪਈਆ ਪਾਉਣ ਵਾਲਾ ਲੈ ਲਿਆ 8 ਟਰਾਲੀਆਂ 16000 ਦੀਆਂ ਹੋ ਗਈਆਂ ਠੀਕ ਆ ਜੀ ਜਿਹੜਾ 65000 ਸੀ ਉਹ 80000 ਦੇ ਕਰੀਬ 82000 ਦੇ ਕਰੀਬ ਚਲ ਗਿਆ ਉਸ ਤੋਂ ਬਾਅਦ ਫਿਰ ਤੇਲ ਜਿਹੜਾ ਜਿੱਦਾ ਇਹ ਜਿਹੜੀ ਫਸਲ ਦੇਖੋ ਹੁਣ ਕੋਈ ਵੀ ਚੀਜ਼ ਆ ਆਪਾਂ ਸਾਬਣ ਤੇਲ ਕੋਈ ਲੈਣ ਜਾਣੇ ਆ ਘਰੋਂ ਜ਼ਰੂਰਤਾਂ ਦੀ ਅਸੀਂ ਦੁਕਾਨ ਤੇ ਜਾਂਦੇ ਆ ਠੀਕ ਹੈ ਜੀ ਇਹ ਜਿਹੜੀ ਫਸਲ ਇੱਕ ਜ਼ਿਮੀਦਾਰ ਦੇਖੋ ਇਹ ਆਪਣੀ ਫਸਲ ਆਪ ਜਦੋਂ ਮੰਡੀ ਚ ਲੈ ਕੇ ਜਾਂਦਾ ਉਹ ਵੀ ਸਾਡਾ ਖਰਚਾ ਜੇ ਅਸੀਂ ਗੰਨਾ ਮਿੱਲਾਂ ਚ ਲੈ ਕੇ ਜਾਂਦੇ ਉਹ ਵੀ ਸਾਡਾ ਖਰਚਾ ਮੇਲ ਦੇ ਵਿੱਚ ਸਾਨੂੰ 3 ਦਿਨ ਲੱਗਣ ਸਾਨੂੰ 4 ਦਿਨ ਲੱਗਣ ਸਾਨੂੰ 5 ਦਿਨ ਲੱਗਣ ਉੱਥੇ ਰੋਟੀ ਦਾ ਜੋ ਵੀ ਆ ਉਹ ਵੀ ਸਾਡਾ ਕਰਤਾ ਇਹ ਸਾਰਾ ਕੁਝ ਖਰਚੇ ਜਿਹੜੇ ਆ ਸਾਡੇ ਸਿਰ ਪੈਂਦੇ ਆ ਸਰਕਾਰ ਕੱਲਾ ਕੱਲਾ ਖਰਚਾ ਕੀ ਜੇ ਜਾਂ ਸਰਕਾਰ ਦੇ ਜਿਹੜੇ ਅਫਸਰ ਸਹਿਬਾਨ ਬੈਠੇ ਆ ਇਹਨਾਂ ਨੂੰ ਕਰੋੜਾਂ ਰੁਪਈਆ ਨਾ ਰਿਸਰਚ ਕਰਨ ਨੂੰ ਮਿਲਦਾ ਗੰਨੇ ਦਾ ਮੈਂ ਦੱਸਦਾ ਵੀ ਜਿਹੜੀ 285 238 ਹੈ ਨਾ ਵੈਰੈਟੀ ਆ ਇਹ ਬੀਜੀ ਜਾਂਦੀ ਆ ਪੰਜਾਬ ਦੇ ਵਿੱਚ 85% ਇੱਕ ਕੋਹੇ ਫਤੂਰ ਯੂਨੀਵਰਸਿਟੀ ਦੇ ਡਾਕਟਰ ਬਖਸ਼ੀ ਦੀ ਪੈਦਾ ਕੀਤੀ ਹੋਈ ਆ ਇਹ ਪੰਜਾਬ ਦੀ ਨਹੀਂ ਕੀ ਪੰਜਾਬ ਨੇ ਸਾਨੂੰ ਪਿਛਲੇ 10 ਸਾਲਾਂ 'ਚ 15 ਸਾਲਾਂ 'ਚ ਕੋਈ ਵੈਰਾਈਟੀ ਨਹੀਂ ਇਦਾਂ ਦੀ ਦਿੱਤੀ ਕਿ ਜਿਹਨੂੰ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਉਹ ਤੋਂ ਫਾਇਦਾ ਹੋ ਸਕੇ ਆਮਦਨ ਹੋ ਸਕੇ ਪਰ ਕਰੋੜਾਂ ਰੁਪਈਆ ਬਜਟ ਦੇ ਵਿੱਚ ਹਰ ਇੱਕ ਸਾਲ ਰਸਾਸ ਇੰਟਰ ਨੂੰ ਦਿੱਤਾ ਜਾਂਦਾ ਉਹ ਡਾਕਟਰ ਬਖਸ਼ੀ ਜਿਹੜਾ ਆ ਕੋਹੇ ਫਤੂਰ ਯੂਨੀਵਰਸਿਟੀ ਦਾ ਉਸ ਇਕੱਲੇ ਬੰਦੇ ਨੇ 10 ਸਾਲਾਂ 'ਚ 11 ਵੈਰਾਈਟੀਆਂ ਦੇ ਦਿੱਤੀਆਂ ਅੱਛਾ ਜਿਹੜੀਆਂ ਉਥੇ ਪੰਜਾਬ ਤੇ ਜਿਆਦਾ ਉਹਨਾਂ ਦੀ ਵੈਰੈਟੀ ਲਾਈ ਜਾਂਦੀ ਹੈ ਉਹੀ ਤੇ ਗੱਲ ਕਰ ਰਹੇ ਅਸੀਂ ਕਿ ਪੰਜਾਬ ਦੀ ਤਾਂ ਵੈਰੈਟੀ ਹੈ ਨਹੀਂ ਕੋਈ ਕਿ ਝੋਨੇ ਦੀ ਗੱਲ ਕਰਦੇ ਇਹ ਵੀ ਹਰਿਆਣੇ ਦਾ ਝੋਨਾ ਲੱਗ ਰਿਹਾ ਆ ਜੇ ਕਣਕ ਦੀ ਗੱਲ ਕਰਦੇ ਉਹ ਵੀ ਹਰਿਆਣੇ ਦੇ ਵੀ ਪਰ ਪੰਜਾਬ ਕਿੱਥੇ ਜਾ ਰਿਹਾ ਅੱਜ ਮੁੱਦਾ ਕੀ ਅੱਜ ਆਪਾਂ ਕਿੰਨੇ ਪਾਣੀ ਬਹੁਤ ਪਿਛਲੇ ਦਿਨਾਂ ਚ ਅਸੀਂ ਸੁਣਦੇ ਸੀ ਕਿ ਪਾਣੀ ਜਿਹੜਾ ਬਹੁਤ ਥੱਲੇ ਜਾ ਰਿਹਾ ਉਸ ਚੀਜ਼ ਅਸੀਂ ਵੀ ਚਿੰਤਾਦੇ ਹਾਂ ਪਰ ਪਾਣੀ ਦੀ ਭਵਿੰਤਾ ਕੀ ਆ ਉਹਦੀ ਅਸੀਂ ਕੀ ਫਸਲ ਭਵਿੰਤਾ ਕਰੀਏ ਗੰਨਾ ਹੁਣ ਸਵਾਲ ਸਵਾਲ ਉਹੀ ਹੈ ਕਿ ਜੇਕਰ ਚਲੋ ਗੰਨੇ ਦੀ ਤੁਸੀਂ ਫਸਲ ਬੀਜ ਲਈ ਫਸਲ ਬੀਜ ਕੇ ਇਹਦੇ ਵਿੱਚ ਝੋਨਾ ਤਾਂ ਤੁਸੀਂ ਨਹੀਂ ਲਾਓਗੇ ਕਿਉਂਕਿ ਇੱਕ ਸਾਲ ਦੀ ਫਸਲ ਹੈ ਝੋਨੇ ਦਾ ਚਲੋ ਪਾਣੀ ਵਾਲੀ ਸਮੱਸਿਆ ਦੇ ਨਾਲ ਹੱਲ ਹੁੰਦੀ ਹੈ ਕੀ ਰੇਟ ਸਰਕਾਰਾਂ ਦੇ ਦੇਣ ਜਿਹਦਾ ਕਰਕੇ ਤੁਸੀਂ ਗੰਨੇ ਦੀ ਫਸਲ ਉਗਾਉਂਦੇ ਰਹੋਗੇ ਔਰ ਝੋਨਾ ਕਿਉਂਕਿ ਝੋਨਾ ਤਾਂ ਅਕਸਰ ਝੋਨੇ ਤੇ ਵੀ ਤਾਂ ਆਪਾਂ ਚਰਚਾ ਕਰਦੇ ਹੀ ਆ ਨਾ ਕਿ ਪਾਣੀ 3-300 ਫੁੱਟ ਹੇਠਾਂ ਵੱਲ ਨੂੰ ਚੱਲ ਗਿਆ ਕਿੰਨੀ ਕੁ ਕੀਮਤ ਇਹਦੀ ਮੰਗਦੇ ਹੋ ਜਿਸ ਦੇ ਨਾਲ ਤੁਹਾਡਾ ਗੁਜ਼ਾਰਾ ਜਿਹੜਾ ਖੋ ਸਕਦਾ ਮੈਂ ਬਾਈ ਜੀ ਉਹੀ ਗੱਲ ਕਰਦਾ ਕਿ ਲਗਭਗ ਸਾਨੂੰ 400 ਰੁਪਏ ਦਿੱਤਾ ਜਾਵੇ ਘੱਟੋ ਘੱਟ 400 ਰੁਪਏ ਦੇਣ ਤੋਂ ਬਾਅਦ ਹਰ ਇੱਕ ਸਾਲ ਸਾਡੇ ਨਾਲ ਕਮਿਟਮੈਂਟ ਕੀਤੀ ਜਾਵੇ ਲਿਖਤੀ ਰੂਪ ਚ ਇੱਕ ਬਿੱਲ ਬਣਾਇਆ ਜਾਵੇ ਕਿ 15 ਰੁਪਏ ਅਸੀਂ ਹਰ ਇੱਕ ਸਾਲ ਦੇ ਭਤਾਵਾਂਗੇ ਫਿਰ ਸਾਨੂੰ ਅੱਛਾ ਇਹਦੇ ਵਿੱਚ ਹੁਣ ਜਿਹੜੀ ਆਮ ਪਬਲਿਕ ਉਹ ਬਹੁਤ ਪਰੇਸ਼ਾਨ ਹੋ ਰਹੀ ਹੈ ਅਸੀਂ ਤੁਹਾਡੇ ਚੈਨਲ ਦੇ ਥਰੂ ਆਮ ਪਬਲਿਕ ਕੋ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ ਕਿ ਸਾਡਾ ਤੁਹਾਨੂੰ ਪਰੇਸ਼ਾਨ ਕਰਨ ਦਾ ਕੋਈ ਮਕਸਦ ਨਹੀਂ ਪਰ ਅਸੀਂ ਹੁਣ ਤਾਂ ਤੁਸੀਂ ਸਰਕਾਰ ਦੇ ਮੂੰਹੋਂ ਵੀ ਸੁਣ ਲਿਆ ਕਿ 310 ਰੁਪਏ ਸਾਨੂੰ ਰੇਟ ਮਿਲਦਾ 350 ਲਾਗਤ ਆ ਰਹੀ ਅਸੀਂ ਕਿੰਨਾ ਘਾਟਾ ਹਜ਼ਾਰ ਕਰੋੜ ਰੁਪਈਆ ਬਹੁਤ ਜ਼ਿਆਦਾ ਹੁੰਦਾ ਆ ਕੀ ਅਸੀਂ ਉਹ 24 ਸਾਲਾਂ 'ਚ 50 ਸਾਲਾਂ 'ਚ ਘਾਟਾ ਖਾ ਲਿਆ 1000 ਕਰੋੜ ਦਾ ਅਸੀਂ ਤਾਂ ਮਜਬੂਰੀ ਪਾਸ ਬੈਠੇ ਆ ਹੁਣ ਕੋਈ ਦੁਕਾਨਦਾਰ ਆ ਹਰੇਕ ਚੀਜ਼ ਬੈਨੀਫਿਟ ਨੂੰ ਕਰਕੇ ਵੇਚਦਾ ਪਾਉਂਦਾ 50 ਪੈਸੇ ਕਮਾਉਂਦਾ ਤੇ ਚਾਹੀ 1 ਰੁਪਿਆ ਕਮਾਉਂਦਾ ਪਰ ਅਸੀਂ ਅਸੀਂ ਘਾਟੇ ਵੱਲ ਨੂੰ ਜਾ ਰਹੇ ਹਮੇਸ਼ਾ ਫਸਲ ਭਪੇਂਤਾ ਦੀ ਗੱਲ ਆ ਕਿ ਸਾਡੀ 슈ਗਰ ਕੰਟਰੋਲ ਬੋਰਡ ਦਾ ਐਕਟ 1963 ਦੇ ਵਿੱਚ ਆਇਆ ਸੀਗਾ ਕਿ 14 ਦਿਨ 'ਚ ਅਦਾਇਗੀ ਕੀਤੀ ਜਾਵੇ ਗੰਨੇ ਦੀ ਜੇ 14 ਦਿਨ 'ਚ ਅਦਾਇਗੀ ਨਹੀਂ ਹੁੰਦੀ ਵਿਆਜ ਦਿੱਤਾ ਜਾਵੇ ਪਰ ਇਹ ਤਾਂ ਸਾਲ-ਸਾਲ ਹੋ ਗਿਆ ਤੇ ਸਾਨੂੰ ਪੈਸੇ ਨਹੀਂ ਦੇ ਰਹੇ ਹਾਲੇ ਵੀ 219 ਦਾ 43 44 ਕਰੋੜ ਰੁਪਈਆ ਜਿਹੜਾ 219 ਦਾ ਆ ਉਹ ਹਾਲੇ ਵੀ ਪੈਂਡਿੰਗ ਆ ਹਮ 21 ਲਾਸਟ ਚੱਲਣ ਲੱਗਾ ਆ 21 ਅਗਸਤ ਆ ਗਿਆ 21 ਖਤਮ ਹੋਣ ਵਾਲਾ 19 ਦਾ ਸਾਨੂੰ ਪੈਸੇ ਕਦੋਂ ਦੇ ਪੇਮੈਂਟਾਂ ਪੈਂਡਿੰਗ ਪਈਆਂ ਹੋਈਆਂ ਨੇ ਤੁਹਾਡੀਆਂ ਮੈਂ ਉਹ ਹੀ ਦੱਸ ਰਿਹਾ ਤੁਹਾਨੂੰ 145 ਕਰੋੜ ਰੁਪਈਆ ਹੈਗਾ 221 ਸੀਜ਼ਨ ਦਾ ਅੱਛਾ ਠੀਕ ਆ ਜੀ 1920 ਸੀਜ਼ਨ ਦਾ ਹੈਗਾ 43 ਕਰੋੜ ਰੁਪਈਆ ਤੇ 54 ਕਰੋੜ 77 ਲੱਖ ਰੁਪਈਆ ਸਰਕਾਰੀ ਮਿੱਲਾਂ ਦਾ ਜਿਹੜਾ ਹੈ ਹਾਲੇ ਤੱਕ ਉਹ ਖੜਾ ਆ। ਇਹ ਡਿਲੇ ਕਿਉਂ ਜਾਂਦਾ ਕੀ ਕਾਰਨ ਕੀ ਇਹਦੇ ਪਿੱਛੇ? ਅੰਗੈਲੀ ਸਰਕਾਰਾਂ ਦੀ ਹੋਰ ਤੁਸੀਂ ਲਾ ਲੋ ਕੀ ਇਹਨਾਂ ਦੀ ਖੰਡ ਨਹੀਂ ਵਿਕਦੀ ਇਹਨਾਂ ਦਾ ਸੀਰਾ ਨਹੀਂ ਵਿਕਦਾ। ਦੇਖੋ ਜਿਹੜੇ ਇਹ ਪੈਸੇ ਦੀ ਗੱਲ ਕਰਦੇ ਆ ਇਹ ਸੀਰਾ ਭਗਾਸ ਇਦਾਂ ਦੀਆਂ ਚੀਜ਼ਾਂ ਤੋਂ ਹੀ ਪੂਰੇ ਕਰ ਲੈਂਦੇ ਆ ਖੰਡ ਤਾਂ ਇਹਨਾਂ ਨੂੰ ਉਦਾਂ ਬੈਨੀਫਿਟ ਜਿਹੜਾ ਦਬਾਬਾ ਏਰੀਆ ਨਾ ਦਬਾਬਾ ਏਰੀਆ ਦੀ ਜ਼ਮੀਨ ਇੰਨੀ ਕੁ ਠੰਡੀ ਆ ਕਿ ਇਹਦੇ ਵਿੱਚ ਮਠਾਸ ਬਹੁਤ ਆ। ਅੱਛਾ ਸਾਡੇ ਗੰਨੇ ਦੀ ਰਿਕਵਰੀ ਜਿਹੜੀ ਹੈ ਨਾ ਉਹ ਸਭ ਤੋਂ ਉੱਪਰ ਆ ਰਹੀ ਆ। ਆ ਜਦੋਂ ਵੀ ਮਿਲਾਂ ਤਾਂ ਹੀ ਹੁੰਦੀ ਯਾਰ ਤਾਂ ਉਹਦੇ ਵਿੱਚ ਭੂ ਪਰ ਮਿਲ ਦੀ ਰਿਕਵਰੀ ਨੰਬਰ 1 ਤੇ ਆ ਪੰਜਾਬ ਦੇ ਵਿੱਚੋਂ 10 10 11 11 ਜਿਹੜੀ ਰਿਕਵਰੀ ਆਉਂਦੀ ਆ ਇਹ ਰਿਕਵਰੀ ਦਾ ਮਤਲਬ ਇਹ ਹੁੰਦਾ ਇੱਕ ਕੁਆਂਟਲ ਦੇ ਵਿੱਚੋਂ ਕਿੰਨੀ ਖੰਡ ਬਣਦੀ ਆ ਹਮ ਇੱਕ ਕੁਆਂਟਲ ਲਾ ਲਓ ਤੁਸੀਂ ਹੁਣ ਕੀ 310 ਰੁਪਏ ਇਹਨਾਂ ਨੇ ਲੈ ਲਿਆ ਉਹਦੇ ਵਿੱਚੋਂ 10 ਰਿਕਵਰੀ ਆਈ ਤਾਂ 10 ਕਿਲੋ ਖੰਡ ਹੋ ਗਈ ਕੱਲੀ ਖੰਡ 42 43 ਰੁਪਏ ਖੰਡ ਮਿਲ ਰਹੀ ਆ ਉਸ ਤੋਂ ਬਾਅਦ ਭਗਾ ਸੀ ਇਹਨਾਂ ਦੀ ਬਾਧੂ ਹੋ ਗਈ ਸੀਰਾ ਇਹਨਾਂ ਦਾ ਬਾਧੂ ਹੋ ਗਿਆ ਸਵਾਹ ਤੱਕ ਤੇ ਇਹਨਾਂ ਦੀ ਵਿਕ ਰਹੀ ਆ ਹਮ ਅੱਜ ਆਪਾਂ ਨੂੰ ਜੇ ਬਾਲਣ ਦੀ ਗੱਲ ਕਰੀਏ ਨਾ ਬਾਲਣ 700 ਰੁਪਏ ਕੁਇੰਟਲ ਆ ਇੱਕ ਬਾਲਣ ਤੇ ਜਿਹੜਾ ਗੱਣਾ ਆ ਇਹ 300 ਰੁਪਏ ਕੁਇੰਟਲ ਆ ਸਰਕਾਰਾਂ ਦੀ ਜਿਹੜੀ ਨੀਤੀ ਆ ਨਾ ਉਹ ਸਾਫ਼ ਨਹੀਂ ਗਈ ਸਰਕਾਰਾਂ ਨੂੰ ਚਾਹੀਦਾ ਕਿ ਭਵਿੰਤਾ ਲਿਆਂਦੀ ਐ ਅੱਜ ਮੁੱਦਾ ਕੀ ਅੱਜ ਮੁੱਦਾ ਪਾਣੀ ਡੂੰਗਾ ਹੋਣ ਦਾ ਮੁੱਦਾ ਅੱਜ ਸਾਡੀ ਜਿਹੜੀ ਜਵਾਨੀ ਐ ਵਿਦੇਸ਼ਾਂ ਨੂੰ ਕਿਉਂ ਜਾ ਰਹੀ ਆ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਭਵਿੱਖ ਕੀ ਹੋਊਗਾ ਇਹ ਮੁੱਦੇ ਆ ਮਨਜੀ ਪਰ ਇਹ ਮੁੱਦਾ ਨੇਗਾ ਅੱਜ ਕਿ ਅੱਜ ਆਪਾਂ ਧੜਾਕੇ ਦਾ ਮਜੂਤ ਹੋ ਗਿਆ ਅੱਜ ਅਸੀਂ ਪ੍ਰਧਾਨਗੀ ਲਈ ਅਜਾ ਕੈਪਟਨ ਅਮਰਿੰਦਰ ਸਿੰਘ ਨਾਲ ਨਵੰਬਰ ਦੇ ਵਿੱਚ ਮੀਟਿੰਗ ਹੋਈ ਸੀ 2020 ਦੇ ਵਿੱਚ ਕਿਸਾਨਾਂ ਦੀ ਸਾਰਿਆਂ ਦੀ ਮੁੱਖ ਮੰਤਰੀ ਆ ਉਹਦੇ ਤੋਂ ਉੱਪਰ ਕੋਈ ਪੰਜਾਬ ਦਾ ਬੰਦਾ ਨਹੀਂ ਜੇ ਤੇ ਆਪਾਂ ਯਕੀਨ ਕਰ ਸਕਦੇ ਆ ਮੁੱਖ ਮੰਤਰੀ ਨੇ ਸਾਨੂੰ ਇਹ ਕਿਹਾ ਸੀ ਕਿ ਹਫ਼ਤੇ ਜਾਂ 10 ਦਿਨ ਦੇ ਵਿੱਚ ਵਿੱਚ ਗੰਨੇ ਦਾ ਜਿਹੜਾ ਰੇਟ ਹੈ ਤੁਹਾਡਾ ਇਹ ਵਧੂਗਾ ਤੇ ਜਿਹੜੀ ਇਦਾਈਗੀ ਹੈ ਤੁਹਾਡੀ ਬਹੁਤ ਜਲਦੀ ਹੋ ਜੂਗੀ ਪਰ ਅੱਜ ਤੁਸੀਂ ਲਾ ਲਓ ਕਿ ਨਵੰਬਰ ਫੇਰ 2021 ਦਾ ਆਉਣ ਵਾਲਾ ਹੋ ਗਿਆ ਅੱਜ ਫੇਰ ਮੀਟਿੰਗ ਆ ਸੀਐਮ ਸਾਹਿਬ ਦੇ ਨਾਲ ਜਥੇਬੰਦੀਆਂ ਗਈਆਂ ਦੇਖੋ ਉਹਦੇ ਵਿੱਚ ਕੀ ਫੈਸਲਾ ਹੁੰਦਾ ਬਿਲਕੁਲ ਬਿਲਕੁਲ ਉਹ ਤਾਂ ਦੇਖਣ ਵਾਲੀ ਗੱਲ ਹੋ ਗਈ ਕਿਉਂਕਿ ਅੱਜ ਮੀਟਿੰਗ ਜਿਹੜੀ ਹੈ 3 ਵਜੇ ਹੋਣੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਰ ਸਵਾਲ ਇਹੀ ਨੇ ਕਿਉਂਕਿ ਇੱਕ ਪਾਸੇ ਤਾਂ ਇਹ ਕਿਹਾ ਜਾਣ ਲੱਗਾ ਕਿ 300 300 ਫੁੱਟ ਡੂੰਗਾ ਚ ਲਗ ਗਿਆ ਸਾਡਾ ਪਾਣੀ ਕਿਸਾਨ ਜਿਹੜੇ ਨੇ ਝੋਨੇ ਦੀ ਫਸਲ ਜਿਹੜੀ ਹੈ ਉਸ ਨੂੰ ਲਾਉਣਾ ਬੰਦ ਕਰਨ ਪਰ ਜਿਹੜੇ ਵੀਰ ਝੋਨੇ ਦੀ ਫਸਲ ਨਹੀਂ ਬੀਜਦੇ ਜਿਹੜੇ ਸਬਜ਼ੀਆਂ ਲਾਉਂਦੇ ਨੇ ਤਾਂ ਸਬਜ਼ੀਆਂ ਦੇ ਭਾਅ ਨਹੀਂ ਮਿਲਦੇ ਜੇਕਰ ਗੰਨੇ ਦੀ ਕੋਈ ਬਜਾਈ ਕਰਦਾ ਤਾਂ ਗੰਨੇ ਦੇ ਰੇਟ ਨਹੀਂ ਮਿਲਦੇ ਕਹਿੰਦੇ ਅੱਜ ਜੋ ਲਾਗਤ ਹੈ ਉਹ ਵੀ ਜਿਹੜੀ ਨਹੀਂ ਮੁੜਦੀ ਇਸ ਕਰਕੇ ਕਿਸਾਨੀ ਜਿਹੜੀ ਹੈ ਪੰਜਾਬ ਦੀ ਹੀਟਲੇ ਪੱਧਰ ਵੱਲ ਜਾ ਰਹੀ ਹੈ ਕੋਈ ਡਾਊਟ ਨਹੀਂ ਹੈ ਅੱਜ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਡਾਂ ਤੇ ਬੈਠਾ ਇੱਕ ਪਾਸੇ ਤਾਂ ਦਿੱਲੀ ਬੈਠਾ ਹੋਇਆ ਔਰ ਦੂਸਰੇ ਪਾਸੇ ਅੱਜ ਜਲੰਧਰ ਦੇ ਵਿੱਚ ਜਲੰਧਰ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਹੋਇਆ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਅਸੀਂ ਲੋਕਾਂ ਦੀ ਪਰੇਸ਼ਾਨੀ ਦੇ ਸਵਾਲ ਹੀ ਪੁੱਛਾਂਗੇ ਵੀਰੇ ਲੋਕ ਕਹਿੰਦੇ ਨੇ ਕਿ ਪਰੇਸ਼ਾਨ ਬੜੇ ਕਹਿੰਦੇ ਜਾਮ ਲੱਗ ਜਾਂਦੇ ਕਹਿੰਦੇ ਹੋਰ ਕਿਤੇ ਤਰਨਾਲ ਆ ਲੈਂਦੇ ਰੋਡ ਕਿਉਂ ਜਾਮ ਕਰਨੀ ਬਾਈ ਜੀ ਦੇਖੋ ਗੱਲ ਪਤਾ ਕਿੱਦਾਂ ਹੈ ਸਰਕਾਰ ਨੂੰ ਕੋਈ ਕੰਨਾਂ ਤੇ ਜੂ ਨਹੀਂ ਸਰਕਦੀ ਅਸੀਂ ਤਾਂ ਤਰਨਾਲ ਲਾਉਣਾ ਹੀ ਨਹੀਂ ਚਾਹੁੰਦੇ ਤਾਂ ਨਾਲ ਲਾਉਣਾ ਹੀ ਚਾਹੁੰਦੇ ਇੱਕ ਮਜਬੂਰੀ ਬਸ ਲਾਇਆ ਮੈਂ ਤਾਂ ਪਹਿਲਾਂ ਵੀ ਮਾਫੀ ਮੰਗ ਚੱਕਾ ਆਮ ਜਨਤਾ ਤੋਂ ਪਰ ਆਮ ਜਨਤਾ ਜਿਹੜੀ ਆ ਉਹ ਸਾਨੂੰ ਸਾਥ ਵੀ ਬਹੁ ਰਹੀ ਪਰ ਦੂਜੀ ਗੱਲ ਦੇਖੋ ਵੀ ਹੁਣ ਕਿਸਾਨ ਵੀ ਕੀ ਕਰੇ ਖੁਦ ਖੁਸ਼ੀਆਂ ਕਰਨ ਦੇ ਨਾਲੋਂ ਤੇ ਧਰਨਾ ਠੀਕਿਆ ਹਨਾ ਪਰ ਜਿੱਦਾਂ ਰਖੜੀ ਦਾ ਤਿਹਾਰ ਸੀ ਅਸੀਂ ਆਪਣੀਆਂ ਭੈਣਾਂ ਦਾ ਦੁੱਖ ਸਮਝਿਆ ਉਹ ਜਿਹੜੀ ਸਰਵਿਸ ਲਾਈਨ ਅਸੀਂ ਸਾਰੀ ਕੋਲਤੀ ਕਿ ਜਿਹੜੀ ਭੈਣ ਨੇ ਆਪਣੇ ਭਰਾਏ ਰਖੜੀ ਬੰਨਣ ਜਾਣਾ ਜਿੱਦਾਂ ਮਰ ਜੀਵੇ ਉੱਥੇ ਵੀ ਆਈਆਂ ਧਰਨੇ ਤੇ ਵੀ ਰਖੜੀਆਂ ਬੰਨਣ ਪਰ ਗੱਲ ਇਹ ਹੀ ਆ ਕਿ ਘਾਟਾ ਸਰਕਾਰਾਂ ਦੀ ਨਗਹਿਲੀ ਹੁਣ ਸਰਕਾਰ ਤੇ ਚਾਹੁੰਦੀ ਜਿੱਦਣ ਪਹਿਲੇ ਦਿਨ ਮੀਟਿੰਗ ਹੋਈ ਸਿੰਘ ਜਿੰਦਰ ਸਿੰਘ ਰੰਧਾਵਾ ਜੀ ਨਾਲ ਉਦੋਂ ਸਾਨੂੰ ਰੇਟ ਦੇਂਦੇ ਸੀ ਘਰ ਨੂੰ ਉਹਦੇ ਇਹ ਲਟਕਾ ਰਹੀ ਆ ਸਰਕਾਰ ਦੀ ਮਨਸ਼ਾ ਪਤਾ ਕੀ ਹੈ ਸਰਕਾਰ ਦੀ ਮਨਸ਼ਾ ਇਹ ਆ ਕਿ ਅਸੀਂ ਧਰਨੇ ਨੂੰ ਲੰਬਾ ਕਰੀਏ ਜਿਹੜੀ ਆਮ ਪਬਲਿਕ ਆ ਉਹ ਸਾਡੇ ਕਿਤੇ ਵਿਰੋਧ ਹੋ ਜਵੇ ਪਰ ਆਮ ਪਬਲਿਕ ਜਿਹੜੀ ਬਹੁਤ ਜ਼ਿਆਦਾ ਹੀ ਸਿਆਣੀ ਆ ਬਹੁਤ ਜ਼ਿਆਦਾ ਸੂਝਵਾਨ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਕਿ ਅੱਜ ਦੋਖਿਆਂ ਤੇ ਬੈਠੇ ਆ ਅਜੀ ਟੀਚਰ ਕਾਹਤੋਂ ਬੈਠੇ ਧਰਨਿਆਂ ਤੇ ਦੋਖਿਆਂ ਆਂਗਣਵਾੜੀ ਵਰਕਰ ਕਾਹਤੋਂ ਬੈਠੇ ਦੋਖਿਆਂ ਫੇ ਉਹ ਤੋਂ ਲਾਲੋ ਤੁਸੀਂ ਅਧਿਆਪਕ ਸਹਿਬਾਨ ਕਾਹਤੋਂ ਬੈਠੇ ਸਾਰੇ ਕਿਸਾਨ ਕਾਹਤੋਂ ਬੈਠਾ ਇਹ ਦੋਖ ਸਾਡੀ ਗੱਲਾਂ ਤਾਂ ਸਮਝਦੇ ਹੀ ਨਹੀਂ ਰਹੇ ਹਨ ਇੱਕ ਵਾਰੀ ਵੀ ਇਹਨਾਂ ਨੇ ਕਦੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਕਿਸਾਨ ਜਿਹੜਾ ਅੱਜ ਆਮ ਪਬਲਿਕ ਨੂੰ ਇੱਕ ਗੱਲ ਇਹ ਸਮਝ ਆਉਣੀ ਚਾਹੀਦੀ ਕਿ ਕਿਸਾਨ ਘਾਟਾ ਪਾ ਰਿਹਾ ਮੈਂ ਤੁਹਾਨੂੰ ਅੰਕੜਿਆਂ ਦੇ ਆਧਾਰ ਤੇ ਵੀ ਦੱਸ ਦਿੰਦਾ ਵੀ ਕਿੱਦਾਂ-ਕਿੱਦਾਂ ਘਾਟਾ ਪਾ ਰਿਹਾ ਆ ਇੱਕ ਬੰਦਾ 10 11 ਤੁਹਾਨੂੰ ਵੈਰਾਈਟੀਆਂ ਦੇ ਰਿਹਾ ਪੰਜਾਬ ਸਾਨੂੰ ਕੁਝ ਵੀ ਨਹੀਂ ਦੇ ਰਿਹਾ ਹੁਣ ਇੱਕ 95 ਵੈਰਾਈਟੀ ਆਈ ਨਵੀ ਉਹ ਵੀ ਐਤਕੀ ਬੀ ਮਿਲਣਾ ਗਾਂ ਦੇਖਾਂ ਕੀ ਹੁੰਦਾ ਇੱਕ ਸਰਕਾਰ ਆਪਣੇ ਮੂੰਹੋਂ ਮੰਨ ਰਹੀ ਆ ਕਿ 350 ਰੁਪਏ ਜਿਹੜੀ ਤੁਹਾਡੀ ਕੁਆਂਟਲ ਤੇ ਲਾਗਤ ਆਉਂਦੀ ਆ ਸਾਨੂੰ 310 ਰੇਰ ਇਹ ਤੋਂ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਸਰਕਾਰ ਸਾਡੇ ਨਾਲ ਕਿੰਨੀਆਂ ਜ਼ਿਆਦਾ ਵਧਿਕੀਆਂ ਕਰਦੀ ਦੂਜੀ ਗੱਲ ਆਪਣੇ ਅਮਲੋਉ ਮਿਲ ਪੈਂਦੀ ਆ ਇਥੋਂ ਕਾਫੀ ਦੂਰ ਪੈਂਦੀ ਆ ਉੱਥੇ ਹਰੀਪੋਰ ਪਿੰਡ ਦਾ ਇੱਕ ਮੁੰਡਾ ਨੌਜਵਾਨ ਗੰਨਾ ਲੈ ਕੇ ਜਾਂਦਾ ਸੀ ਐਕਸੀਡੈਂਟ ਹੋ ਗਿਆ ਉਹਦੀ ਮੌਤ ਹੋ ਗਈ ਕਿਸੇ ਨੇ ਉਹਨੂੰ ਪੁੱਛੀ ਹੀ ਨਹੀਂ ਅਜੇ ਤੱਕ ਅਸਾਰ ਮਾਂ ਦਾ ਪੁੱਤ ਤਾਂ ਚਲੇ ਗਿਆ ਹਨ ਅਸੀਂ ਜਦੋਂ ਗੰਨਿਆ ਲੈ ਕੇ ਜਾਂਦੇ ਟਰਾਲੀਆਂ ਤੁਸੀਂ ਵੀ ਦੇਖਦੇ ਆਮ ਪਬਲਿਕ ਵੀ ਦੇਖਦੀ ਕਿਦਾਂ ਟਰਾਲੀਆਂ ਸਾਡੀਆਂ ਲੋਡ ਹੁੰਦੀਆਂ ਆ ਉਹ ਤਾਂ ਸਾਨੂੰ ਕੋਈ ਕਰਾਇਆ ਨਹੀਂ ਦਿੰਦੇ ਆਪਣਾ ਤੇਲ ਫੂਕੇ ਅਸੀਂ ਜਾਣਦੇ ਆ ਉਹ ਵੀ ਖਰਚਾ ਨਹੀਂ ਕੋਈ ਸਾਡਾ ਮਿੰਡ ਦਾ ਪਰ ਉਹ ਤੇਲ ਦੀ ਗੱਲ ਤਾਂ ਦੂਜੇ ਨੰਬਰ ਤੇ ਪੱਜ ਦੀ ਜਾਨ ਹੁੰਦੀ ਹੈ ਨਾ ਅਸਟਾਮ ਤਲੀ ਤੇ ਹੁੰਦੀ ਆ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਹੋ ਜਾਣਾ ਐਕਸੀਡੈਂਟ ਹੋਣਾ ਗੰਨੇ ਦੀਆਂ ਟਰਾਲੀਆਂ ਵਾਲੇ ਪਤਾ ਨਹੀਂ ਕਿੰਨੇ ਕ ਨੌਜਵਾਨ ਚਲ ਗਏ ਕਿੰਨੇ ਕ ਘਰ ਉਜੜ ਗਏ ਕਿੰਨੀਆਂ ਕ ਜਿਹੜੀਆਂ ਮਾਵਾਂ ਆ ਉਹਨਾਂ ਦੇ ਜਿਹੜੇ ਪੋਤੇ ਆ ਅੱਜ ਉਹਨਾਂ ਦਾ ਸਹਾਰਾ ਬਣਨੇ ਸੀ ਤੇ ਉਹ ਪੁੱਤ ਅਸਖਵਾਲ ਪਿੰਡ ਦਾ ਇੱਕ ਨੌਜਵਾਨ ਮੁੰਡਾ ਉਹ ਬੁਟਰਾ ਮਿਲ ਨੂੰ ਗੰਨਾ ਲੈ ਕੇ ਜਾਂਦਾ ਐਕਸੀਡੈਂਟ ਹੋ ਗਿਆ ਮਰ ਗਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਕਾ ਜੋ ਮਾਮਾ ਨੂੰ ਸਹਾਰਾ ਕਿੱਥੋਂ ਆਣਾ ਬਿਲਕੁਲ ਇਹ ਹੀ ਕੀ ਲਾ ਕਿ ਜਦੋਂ ਅਸੀਂ ਕੋ ਚਾਂ ਕਣਕ ਲਈ ਆਣੀ ਅਸੀਂ ਝੋਨਾ ਲੈ ਜਾਣਾ ਉਹ ਟਰਾਂਸਪੋਰਟ ਸਾਰੀ ਸਾਡੀ ਜੇ ਕਿਤੇ ਉਹ ਵੀ ਅਸੀਂ ਕੁਝ ਲੈ ਕੇ ਆਉਣਾ ਤਾਂ ਉਹ ਟਰਾਂਸਪੋਰਟ ਦਾ ਕਿਰਾਇਆ ਇਹ ਚੀਜ਼ਾਂ ਕਿਉਂ ਨਹੀਂ ਸਰਕਾਰਾਂ ਸਰਕਾਰਾਂ ਜਿਹੜੀਆਂ ਨਾ ਉਹਨਾਂ ਨੂੰ ਨਿਕਲਣਾ ਚਾਹੀਦਾ ਘਰਾਂ ਦੇ ਵਿੱਚੋਂ ਨਿਕਲ ਕੇ ਜਿੱਦਾਂ ਅੱਜ ਤੁਸੀਂ ਆਏ ਆ ਖੇਤਾਂ 'ਚ ਇਦਾਂ ਆਉਣਾ ਚਾਹੀਦਾ ਤੁਹਾਡੇ ਚੈਨਲ ਦਾ ਅਸੀਂ ਅਮਨ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਤੁਸੀਂ ਖੇਤਾਂ 'ਚੋਂ ਕਿਸਾਨੀ ਦੀ ਜਿਹੜ ਤੇ ਅਸੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੇ ਉਮੀਦ ਕਰਦੇ ਹਾਂ ਕਿ ਸਰਕਾਰ ਜਿਹੜਾ ਸਾਡਾ 400 ਰੁਪਿਆ ਰੇਟ ਦੇਊਗੀ ਜੇ ਸਰਕਾਰ ਨਹੀਂ ਦਿੰਦੀ 400 ਰੁਪਿਆ ਤੇ ਪੂਰਾ ਪੰਜਾਬ ਬੰਦ ਕਰਾਂਗੇ ਤੇ ਸੰਗਤ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਆ ਕਿ ਸਾਡਾ ਥੋੜੇ ਜਿਹਾ ਸਾਡਾ ਸਾਥ ਦਿਓ ਅਸੀਂ ਬਹੁਤ ਹੀ ਜ਼ਿਆਦਾ ਘਾਟੇ ਦੇ ਵਿੱਚ ਆ ਤੇ ਜੇ ਤੁਸੀਂ ਪਰੇਸ਼ਾਨ ਹੋਏ ਆ ਤੇ ਉਹਦੀ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਸ਼ੁਕਰੀਆ ਵੀਰ ਜੀ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਲਗਾਤਾਰ ਜਿੱਥੇ ਤਸਵੀਰਾਂ ਪੰਜਾਬ ਤੋਂ ਅਸੀਂ ਵੱਖ-ਵੱਖ ਐਂਗਲਾਂ ਤੋਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਬਹੁਤ ਸੁਖਾਵਲੀਆਂ ਨਹੀਂ ਨੇ ਤਸਵੀਰਾਂ ਦੇ ਵਿੱਚ ਬਹੁਤ ਜਗਾਵਾਂ ਤੇ ਤੁਸੀਂ ਦੇਖ ਰਹੇ ਹੋ ਕਿ ਅੱਜ ਧਰਨੇ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ ਇੱਕ ਪਾਸੇ ਤਾਂ ਦਿੱਲੀ ਦੀਆਂ ਬਰੂਆਂ ਤੇ ਕਿਸਾਨ ਬੈਠੇ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਜਲੰਧਰ ਮੇਨ ਹਾਈਵੇ ਜਿਹੜਾ ਹੈ ਉਸ ਨੂੰ ਜਾਮ ਕਰ ਦਿੱਤਾ ਹੈ ਜਿਸ ਕਰਕੇ ਜਿਹੜੇ ਆ ਲੋਕ ਪਰੇਸ਼ਾਨੀ ਦੇ ਆਲਮ ਦੇ ਵਿੱਚ ਨੇ ਅਸੀਂ ਜ਼ਮੀਨੀ ਹਕੀਕਤ ਜਾਣਨ ਦੇ ਲਈ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹੁੰਚੇ ਡਿਟੇਲ ਦੇ ਵਿੱਚ ਇਹ ਕਿਸਾਨ ਵੀਰ ਨੇ ਇਹ ਨੌਜਵਾਨ ਨੇ ਜਿਨ੍ਹਾਂ ਨੇ ਤੱਥਾਂ ਦੇ ਆਧਾਰਿਤ ਜਿਹੜਾ ਹੈ ਤੁਹਾਡੇ ਨਾਲ ਡਿਸਕਸ ਕੀਤਾ ਕਿ ਕਿਉਂ ਨਹੀਂ ਕਿਸਾਨਾਂ ਦੇ ਪੱਲੇ ਕੁਝ ਪੈ ਰਿਹਾ ਇਸ ਕਰਕੇ ਬਹੁਤ ਜ਼ਰੂਰੀ ਸੀ ਗਿਆ ਕਿਉਂਕਿ ਲੋਕ ਇਹ ਸਵਾਲ ਕਰ ਰਹੇ ਸਨ ਕਿ ਆਖਰ ਕਿਉਂ ਜਿਹੜੇ ਕਿਸਾਨ ਨੇ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਉਹਨਾਂ ਦੇ ਸਵਾਲ ਆਪਾਂ ਇਹਨਾਂ ਕਿਸਾਨਾਂ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਲਾਗਤ ਮੁੱਲ ਹੈ ਉਹ ਵੀ ਇਹਨਾਂ ਦੇ ਪੱਲੇ ਨਹੀਂ ਪੈਂਦਾ ਤਾਂ ਅੱਜ ਮਜਬੂਰਨ ਵਾਸੋ ਕੇ ਇਹਨਾਂ ਨੂੰ ਰੋਡਾਂ ਜਾਮ ਕਰਨੀਆਂ ਪੈ ਰਹੀਆਂ ਆ ਇਹਨਾਂ ਨੂੰ ਆਪਣੇ ਹੱਕਾਂ ਦੇ ਲਈ ਰੋਡਾਂ ਦੇ ਉੱਪਰ ਉਤਰਨਾ ਪੈ ਰਿਹਾ ਹੈ ਉਮੀਦ ਇਹੀ ਕਰਦੇ ਆ ਕਿ ਤੁਸੀਂ ਵੀ ਇਹਨਾਂ ਤਸਵੀਰਾਂ ਦੇ ਵਿੱਚ ਜਰੂਰ ਸਪਸ਼ਟਿਕਰਨ ਕਿਸਾਨਾਂ ਦਾ ਸੁਣਿਆ ਹੋਵੇਗਾ ਔਰ ਵੱਧ ਤੋਂ ਵੱਧ ਤਸਵੀਰਾਂ ਜਰੂਰ ਸਾਂਝੀਆਂ ਕਰੋਗੇ ਔਰ ਨਾਲ ਦੀ ਨਾਲ ਇੱਕ ਉਮੀਦ ਜਰੂਰ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਸਾਨ ਜਿੱਥੇ ਬੰਦੇ ਦੀ ਮੀਟਿੰਗ ਹੋਣੀ ਹੈ ਸਾਰਤਿਕ ਨਤੀਜੇ ਨਿਕਲ ਦੀ ਆਸ ਦੇ ਨਾਲ ਅਸੀਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਕਿਸਾਨਾਂ ਦੀਆਂ ਮੁਸੀਬਤਾਂ ਦੇ ਵਿੱਚ ਲਖਾਦਾਰ ਇਜਾਫਾ ਹੁੰਦਾ ਜਾ ਰਿਹਾ ਜੇਕਰ ਸਰਕਾਰਾਂ ਨੇ ਨਾ ਸੁਣਿਆ ਤਾਂ ਤਸਵੀਰਾਂ ਹੋਰ ਪੰਜਾਬ ਦੀਆਂ ਬੱਤਰ ਹੋ ਸਕਦੀਆਂ ਨੇ ਵੀਡੀਓ ਜਰਨਲਿਸਟ ਜਤਿੰਦਰ ਨਾਲ ਅਮਨ ਚੰਦ ਡੈਨਿਕ ਸਪੀਰਾ ਟੀਵੀ Poco por. ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰੋਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ सलीम ਖਾਨ 9819937460